ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ। ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉੱਘੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਣਕ ਜੀ ਅਪੜੇ ਨੇ। ਪਰ ਮਾਣਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਖਬਰਾਂ ਨੇ ਇਹਦੇ ਵੱਲ ਝਾਤ ਮਾਰਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਵੀ ਖਾਸੇ ਉਤਸ਼ਾਹ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਆਪਣੀ ਹੋਂਦ ਬਚਾਉਣ ਦੇ ਲਈ ਵੱਖ ਵੱਖ ਧਿਰਾਂ ਦੇ ਵੱਲੋਂ ਇੱਕ ਮੰਚ ਦੇ ਉੱਤੇ ਆਇਆ ਜਾ ਰਿਹਾ, ਪਰ ਫਾਇਦਾ ਕੋਈ ਨਹੀਂ ਹੋਣਾ। ਦੂਜੀ ਗੱਲ, ਜੇਕਰ ਅਸੀਂ ਫਿਲਮ ਕਲਾਕਾਰ ਨਸੀਰੂਦੀਨ ਸ਼ਾਹ ਦੀ ਕਰੀਏ ਤਾਂ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਮਜ੍ਹਬ ਜਾਤ ਧਰਮ ਦੇ ਚੱਕਰ ਦੇ ਵਿੱਚ ਇਹੋ ਜਿਹਾ ਸਾਡਾ ਸਮਾਜ ਫਸ ਚੁੱਕਿਆ, ਕੁਝ ਕੁ ਧਿਰਾਂ ਦੇ ਵੱਲੋਂ ਇਹੋ ਜਿਹਾ ਕੁਝ ਕੀਤਾ ਜਾ ਰਿਹਾ ਕਿ ਮੈਨੂੰ ਡਰ ਲੱਗਦਾ ਕਿਤੇ ਮੇਰੇ ਬੱਚਿਆਂ ਨੂੰ ਘੇਰ ਕੇ ਭੜਕੀ ਹੋਈ ਭੀੜ ਇਹ ਨਾ ਪੁੱਛੇ ਕਿ ਤੁਹਾਡਾ ਮਜ੍ਹਬ ਕੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਰਾਏ ਦਿੱਤੀ ਗਈ ਹੈ, ਤੁਸੀਂ ਪਾਕਿਸਤਾਨ ਚਲੇ ਜਾਓ, ਇਸ ਭਾਰਤ ਦੇ ਵਿੱਚ ਤੁਹਾਨੂੰ ਰਹਿਣ ਦਾ ਫਾਇਦਾ ਕੋਈ ਨਹੀਂ। ਜੇਕਰ ਅਸੀਂ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਧੜੇ ਦੀ, ਉਹ ਇਹ ਕਹਿੰਦੇ ਆ ਕਿ ਸਾਡੇ ਹੱਥ ਦੇ ਵਿੱਚ ਆਪ ਦੇ ਕਈ ਵਿਧਾਇਕ ਆ, ਅਸੀਂ ਧਮਾਕਾ ਨਵਾਂ ਕਰਨ ਲੱਗੇ ਹਾਂ। ਪਰ ਜਿਹੜੇ ਵਿਧਾਇਕ ਨਾਲ ਸੀ ਉਹਨਾਂ ਦੇ ਵਿੱਚੋਂ ਜਗਤਾਰ ਸਿੰਘ ਜੱਗਾ ਅਤੇ ਜੈ ਕਿਸ਼ਨ ਸਿੰਘ ਰੋੜੀ ਥੋੜ੍ਹੇ ਜਿਹੇ ਅੱਡ ਦਿਖਾਈ ਦੇ ਰਹੇ ਆ, ਹੋ ਸਕਦਾ ਉਲਟਾ ਪਟਾਕਾ ਵੀ ਪੈ ਜਾਵੇ, ਕੁਝ ਵੀ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ। ਅਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਟਕਸਾਲੀ ਦਲ ਦੇ ਨੇਤਾਵਾਂ ਦੀ, ਉਹਨਾਂ ਨੇ ਆਪੋ ਆਪਣੇ ਵੱਖੋ ਵੱਖਰੇ ਅਹੁਦੇਦਾਰ ਥੱਪ ਦਿੱਤੇ ਆ, ਅਤੇ ਠੰਡ ਨੇ ਪੰਜਾਬ ਨੂੰ ਐਸਾ ਕਾਂਬਾ ਛੇੜਿਆ ਕਿ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਪਹਿਲਾਂ ਮਾਣਕ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਸ਼ੁਕਰੀਆ ਜੀ। ਅਤੇ ਮਾਣਕ ਸਾਹਿਬ, ਪਹਿਲੀ ਵੱਡੀ ਖਬਰ ਜਿਹੜੀ ਅਸੀਂ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਸਾਂਝੀ ਕਰ ਲਈਏ। ਪੰਚਾਇਤੀ ਚੋਣਾਂ ਦਾ ਆਪਾਂ ਜਾਣਦੇ ਹਾਂ ਕਿ ਬਿਗਲ ਪਿਛਲੇ ਕਈ ਦਿਨਾਂ ਤੋਂ ਵੱਜਿਆ ਹੋਇਆ, ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਗਈ ਹੈ, ਕਈ ਪਿੰਡਾਂ ਦੇ ਵਿੱਚ ਪਿਓ ਪੁੱਤ ਸਕੇ ਭਰਾ ਚਾਚੇ ਤਾਏ ਦੇ ਪੁੱਤ ਨੂੰਹ ਸੱਸ ਮੁਕਾਬਲੇ ਦੇ ਵਿੱਚ ਹੈ। ਆ ਬਾਦਲ ਸਾਹਿਬ ਦੇ ਜੱਦੀ ਪਿੰਡ ਦੇ ਵਿੱਚ ਇੱਕੋ ਘਰ ਦੀਆਂ 3 ਔਰਤਾਂ ਜਿਹੜੀਆਂ ਉਹ ਮੁਕਾਬਲੇ ਦੇ ਵਿੱਚ ਹੈ। ਕੀ ਕਹਿਣਾ ਚਾਹੋਗੇ ਇਹਨਾਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ? ਟੈਣਾ ਜੀ, ਜਿਸ ਤਰ੍ਹਾਂ ਦੀਆਂ ਖਬਰਾਂ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਮਿਲ ਰਹੀਆਂ, ਕਈਆਂ ਥਾਵਾਂ 'ਤੇ ਤਾਂ ਜਿਹੜੇ ਸਥਾਨਕ ਲੋਕ ਆ ਉਸ ਪਿੰਡ ਦੇ, ਉਹਨਾਂ ਨੇ ਆਪਣੀ ਸਹਿਮਤੀ ਨਾਲ ਜਿਹੜੀ ਆ ਸਰਬਸੰਮਤੀ ਕੀਤੀ ਹੈ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਦੇ ਨਾਲ ਸੰਬੰਧਿਤ ਆਗੂਆਂ ਨੇ ਲੋਕਾਂ ਦੇ ਉੱਪਰ ਜਬਰੀ ਜਿਹੜੀ ਆ ਸਰਬਸੰਮਤੀ ਠੋਸੀ ਹੈ। ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀਗਾ ਕਿ ਕੁਝ ਸਾਲਾਂ ਤੋਂ, ਬਲਕਿ ਜਿਹੜਾ ਦਹਾਕੇ ਤੋਂ ਵੱਧ ਸਮੇਂ ਤੋਂ, ਸਾਡੀਆਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ, ਉਹ ਹਰ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਜਿਤਾਉਣ ਦਾ ਉਹ ਯਤਨ ਕਰਦੇ ਆ। ਇਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਜਮਹੂਰੀਅਤ ਹੈ ਹੇਠਲੀ ਪੱਧਰ 'ਤੇ, ਪੰਚਾਇਤ ਜਿਹੜੀ ਜਮਹੂਰੀਅਤ ਦੀ ਮੁੱਢਲੀ ਇਕਾਈ ਹੁੰਦੀ ਹੈ, ਉਹਦੇ ਵਿੱਚ ਹੀ ਲੋਕਾਂ ਦੇ ਜਿਹੜੇ ਜਮਹੂਰੀ ਅਧਿਕਾਰ ਆ ਉਹਨਾਂ ਦਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਘਾਣ ਕਰ ਰਹੀਆਂ। ਸੋ ਇਹ ਜਿਹੜਾ ਦ੍ਰਿਸ਼ ਆ ਉਹ ਬੜਾ ਨਿਰਾਸ਼ਾਜਨਕ ਹੈ। ਬਹੁਤ ਸਾਰੀਆਂ ਥਾਵਾਂ 'ਤੇ ਲੋਕਾਂ ਦੇ ਵਿੱਚ ਬੜਾ ਰੋਸ ਪਾਇਆ ਜਾਂਦਾ। ਜੇਕਰ ਮੁੱਢਲੇ ਪੱਧਰ 'ਤੇ ਹੀ ਲੋਕਾਂ ਦੇ ਜਮਹੂਰੀ ਅਧਿਕਾਰ ਉਹਨਾਂ ਨੂੰ ਨਾ ਦਿੱਤੇ ਜਾਣ ਤਾਂ ਫਿਰ ਦੇਸ਼ ਦੇ ਅੰਦਰ ਜਿਹੜੀ ਜਮਹੂਰੀਅਤ ਹੈ ਉਹਦੇ ਉੱਪਰ ਪ੍ਰਸ਼ਨ ਚਿੰਨ ਲੱਗ ਜਾਂਦੇ ਆ। ਅਤੇ ਇਹਦੇ ਨਾਲ ਇਹ ਵੀ ਗੱਲ ਹੁੰਦੀ ਹੈ ਕਿ ਜਿਹੜੇ ਲੋਕ ਜਿਹੜੇ ਜਮਹੂਰੀ ਢੰਗ ਨਾਲ ਅੱਗੇ ਆਉਣਾ ਚਾਹੁੰਦੇ ਆ, ਰਾਜਨੀਤੀ 'ਚ ਕੋਈ ਰੋਲ ਅਦਾ ਕਰਨਾ ਚਾਹੁੰਦੇ ਆ, ਜੇ ਉਹਨਾਂ ਦੇ ਰਸਤੇ ਜਿਹੜੇ ਆ ਰੋਕ ਦਿੱਤੇ ਜਾਣਗੇ ਤਾਂ ਉਹ ਹੋਰ ਹਿੰਸਕ ਢੰਗ ਤਰੀਕਿਆਂ ਵੱਲ ਵੀ ਵੱਧ ਸਕਦੇ ਆ। ਪਿੰਡਾਂ ਦੇ ਵਿੱਚ ਦੁਸ਼ਮਣੀਆਂ ਹੋਰ ਵੱਧ ਸਕਦੀਆਂ। ਸੱਤਾਧਾਰੀ ਪਾਰਟੀਆਂ, ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਜਾਂ ਕੱਲ੍ਹ ਕੋਈ ਹੋਰ ਵੀ ਪਾਰਟੀ ਹੋਵੇ, ਉਹਨਾਂ ਨੂੰ ਲੋਕਾਂ ਦੇ ਜਿਹੜੇ ਜਮਹੂਰੀ ਅਧਿਕਾਰ ਆ ਉਹਦੇ ਉੱਪਰ ਛਾਪਾ ਨਹੀਂ ਮਾਰਨਾ ਚਾਹੀਦਾ। ਜਿਸ ਤਰ੍ਹਾਂ ਦਾ ਸਿਲਸਿਲਾ ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ 'ਚ ਚੱਲ ਰਿਹਾ, ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਦੀਆਂ ਚੋਣਾਂ 'ਚ ਚੱਲਿਆ, ਉਸ ਤੋਂ ਵੀ ਪਹਿਲਾਂ ਜਿਸ ਤਰ੍ਹਾਂ ਮਿਊਂਸਪਲ ਕਮੇਟੀਆਂ, ਨਗਰ ਨਿਗਮਾਂ ਦੀਆਂ ਚੋਣਾਂ 'ਚ ਚੱਲਿਆ, ਇਹ ਸਾਰਾ ਹੀ ਜਿਹੜਾ ਸਿਲਸਿਲਾ ਹੈ ਜਾਂ ਇਹ ਸਾਰਾ ਹੀ ਅਮਲ ਹੈ, ਇਹ ਸਾਬਤ ਕਰਦਾ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਜਮਹੂਰੀਅਤ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ। ਉਹ ਧੱਕੇਸ਼ਾਹੀ ਨਾਲ ਹਰ ਥਾਂ 'ਤੇ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਬਿਠਾਉਣਾ ਚਾਹੁੰਦੀਆਂ। ਜੀ, ਅਤੇ ਮਾਣਕ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਟਕਸਾਲੀ ਦਲ ਦੇ ਆਗੂਆਂ ਦੀ, ਲੰਘੇ ਰਣੀ ਆਪਾਂ ਜਾਣਦੇ ਹਾਂ ਕਿ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਅਤੇ ਸਠਿਆਲਾ ਹੋਰੀ ਅਤੇ ਕਈ ਹੋਰ ਵੀ ਸੀਗੇ ਆਗੂ, ਉਹਨਾਂ ਦੇ ਵੱਲੋਂ ਵੱਖ ਵੱਖ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ। ਅਤੇ ਨਾਲ ਹੀ ਬ੍ਰਹਮਪੁਰਾ ਸਾਹਿਬ ਨੇ ਇਹ ਗੱਲ ਕਹੀ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟੱਕਰ ਦੇਵਾਂਗੇ, ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਵਾਂਗੇ। ਪਰ ਉਹਨਾਂ ਨੇ ਇੱਕ ਖਾਲੀ ਥਾਂ ਵੀ ਥੋੜ੍ਹੀ ਜਿਹੀ ਭਰੀ ਹੈ ਕਿ ਜੇਕਰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨਾਲ ਸੰਭਵ ਹੋਇਆ ਤਾਂ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਵੀ ਹੋ ਜਾਵਾਂਗੇ। ਟੈਣਾ ਜੀ, ਬਿਲਕੁਲ ਸਹੀ ਗੱਲ ਹੈ। ਹੁਣ ਜੋ ਸਥਿਤੀ ਬਣ ਰਹੀ ਹੈ ਉਹਦੇ ਵਿੱਚ ਅਕਾਲੀ ਦਲ ਬਾਦਲ ਲਈ ਚੁਣੌਤੀਆਂ ਜਿਹੜੀਆਂ ਹੋਰ ਵਧਣਗੀਆਂ। ਅਸੀਂ ਦੇਖਿਆ ਕਿ ਜਿਹੜਾ ਆ ਜਿਹੜਾ ਸਾਲ ਬੀਤ ਰਿਹਾ ਇਹਦੇ ਵਿੱਚ ਅਕਾਲੀ ਦਲ ਬਾਦਲ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਿਹੜਾ ਬਰਗਾੜੀ ਵਿੱਚ ਮੋਰਚਾ ਲੱਗਿਆ ਸੀ ਉਹਨੇ ਅਕਾਲੀ ਦਲ ਦੀ ਸਥਿਤੀ ਬੜੀ ਪਤਲੀ ਕਰ ਰੱਖੀ ਸੀਗੀ,
ਅਤੇ ਉਹ ਤੋਂ ਉਸ ਸਦਮੇ ਤੋਂ ਹਜੇ ਅਕਾਲੀ ਦਲ ਉਭਰਿਆ ਨਹੀਂ ਹੈਗਾ, ਉਹਦਾ ਹੀ ਸਿੱਟਾ ਆ ਕਿ ਅਕਾਲੀ ਦਲ ਟਕਸਾਲੀ ਹੋਂਦ ਵਿੱਚ ਆ ਗਿਆ। ਇਸ ਤੋਂ ਇਲਾਵਾ ਕਾਂਗਰਸ ਵੀ ਅਕਾਲੀ ਦਲ ਨੂੰ ਇਸ ਮੁੱਦੇ 'ਤੇ ਹਾਸ਼ੀਏ 'ਤੇ ਧੱਕਣ ਲਈ ਕੋਈ ਵੀ ਜਿਹੜਾ ਉਹ ਮੌਕਾ ਉਹਨੂੰ ਅਜਾਈ ਨਹੀਂ ਜਾਣ ਦੇ ਰਹੀ। ਇਸ ਵੇਲੇ ਵੀ ਅਕਾਲੀ ਦਲ ਦੀਆਂ ਸਮੱਸਿਆਵਾਂ ਜਿਹੜੀਆਂ ਕੋਈ ਘਟਦੀਆਂ ਨਜ਼ਰ ਨਹੀਂ ਆ ਰਹੀਆਂ, ਸਗੋਂ ਵੱਧ ਰਹੀਆਂ। ਅਕਾਲੀ ਦਲ ਨੂੰ ਇਹ ਵੀ ਸੋਚਣ ਦੀ ਲੋੜ ਆ ਕਿ ਉਹ ਭਾਜਪਾ ਦੀ ਇਕਾਈ ਬਣ ਕੇ ਨਹੀਂ ਚੱਲ ਸਕਦਾ, ਪੰਥਕ ਮੁੱਦਿਆਂ 'ਤੇ ਉਹਨੂੰ ਸਟੈਂਡ ਲੈਣਾ ਪਏਗਾ, ਪੰਜਾਬ ਦੇ ਮਸਲਿਆਂ 'ਤੇ ਸਟੈਂਡ ਲੈਣਾ ਪਏਗਾ, ਜਿਹੜਾ ਦੇਸ਼ ਦੇ ਅੰਦਰ ਕੌਮੀ ਪੱਧਰ 'ਤੇ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਮ ਸੇਵਕ ਸੰਘ ਜਾਂ ਹੋਰ ਅਖੌਤੀ ਹਿੰਦੂ ਤਵੀ ਸੰਗਠਨ ਜੇ ਘੱਟ ਗਿਣਤੀਆਂ 'ਤੇ ਹਮਲੇ ਕਰਦੇ ਆ, ਉਹਨਾਂ ਦੇ ਅਧਿਕਾਰਾਂ 'ਤੇ ਛਾਪੇ ਮਾਰਦੇ ਆ, ਬਿਆਨਬਾਜ਼ੀ ਕਰਕੇ ਹੋਰ ਢੰਗਾਂ ਤਰੀਕਿਆਂ ਨਾਲ ਉਹਨਾਂ ਵਿੱਚ ਦਹਿਸ਼ਤ ਪੈਦਾ ਕਰਦੇ ਆ, ਅਕਾਲੀ ਦਲ ਉਹ 'ਤੇ ਜੇ ਖਮੋਸ਼ ਰਹਿੰਦਾ ਤਾਂ ਅਕਾਲੀ ਦਲ ਆਪਣੀ ਜਿਹੜੀ ਵਿਚਾਰਧਾਰਾ ਆ ਉਹਦੇ ਨਾਲ ਸਮਝੌਤਾ ਕਰ ਰਿਹਾ ਉਹ ਹੋਵੇਗਾ, ਅਤੇ ਸਿੱਖ ਸਿਧਾਂਤ ਜਿਨ੍ਹਾਂ ਦੀ ਰੋਸ਼ਨੀ 'ਚ ਚੱਲਣ ਦਾ ਦਾਅਵਾ ਕਰਦਾ ਉਹਨਾਂ ਨੂੰ ਤਲਾਂਜਲੀ ਦੇ ਰਿਹਾ ਹੋਏਗਾ। ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੋਚਣਾ ਕਿ ਉਹਨੇ ਅਕਾਲੀ ਦਲ ਦੀ ਜਿਹੜੀ ਬੁਨਿਆਦੀ ਵਿਚਾਰਧਾਰਾ ਆ ਉਹਨੂੰ ਲੈ ਕੇ ਅੱਗੇ ਵਧਣਾ ਜਾਂ ਭਾਜਪਾ ਦੀ ਇਕਾਈ ਵਜੋਂ ਕੰਮ ਕਰਨਾ। ਜੇ ਉਹ ਇਸੇ ਹੀ ਤਰ੍ਹਾਂ ਭਾਜਪਾ ਦੀ ਇਕਾਈ ਵਜੋਂ ਕੰਮ ਕਰਦਾ ਰਿਹਾ ਫਿਰ ਟਹਿਣਾ ਜੀ ਜਿਹੜਾ ਅਕਾਲੀ ਦਲ ਟਕਸਾਲੀ ਬਣਿਆ ਜਾਂ ਹੋਰ ਕੋਈ ਨਵੇਂ ਜਿਹੜੇ ਅਕਾਲੀ ਦਲ ਬਣ ਸਕਦੇ ਆ ਜਾਂ ਨਵੀਆਂ ਰਾਜਨੀਤਿਕ ਪਾਰਟੀਆਂ ਬਣ ਸਕਦੀਆਂ ਉਹ ਹੌਲੀ ਹੌਲੀ ਅਕਾਲੀ ਦਲ ਦੀ ਥਾਂ ਲੈਣ 'ਚ ਕਾਮਯਾਬ ਹੋ ਜਾਣਗੀਆਂ। ਜੀ ਅਤੇ ਮਾਣਕ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਇਸ ਵਕਤ ਨਸੀਰੂਦੀਨ ਸ਼ਾਹ ਦੇ ਮਸਲੇ ਦੀ, ਉਹਨਾਂ ਨੇ ਗੱਲ ਤਾਂ ਕੋਈ ਬਾਹਲੀ ਅਲੋਕਾਰੀ ਕੋਈ ਬਹੁਤੀ ਵਿਰੋਧਤਾ ਵਾਲੀ ਨਹੀਂ ਕੀਤੀ। ਸਾਡਾ ਸੰਵਿਧਾਨ ਲਿਖ ਕੇ ਅਤੇ ਬੋਲ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ, ਪਰ ਜਦੋਂ ਵੀ ਅਸਹਿਣਸ਼ੀਲਤਾ ਦੀ ਗੱਲ ਕਰਦੇ ਆ ਕੁਝ ਕੁ ਧਿਰਾਂ ਉੱਠ ਕੇ ਕਹਿ ਦਿੰਦੀਆਂ ਤੁਸੀਂ ਪਾਕਿਸਤਾਨ ਚਲੇ ਜਾਓ, ਤੁਸੀਂ ਦੇਸ਼ ਧਰੋਹੀ ਹੋ, ਇਸ ਭਾਰਤ ਦੀ ਧਰਤੀ ਦੇ ਉੱਤੇ ਤੁਹਾਨੂੰ ਰਹਿਣਾ ਨਹੀਂ ਚਾਹੀਦਾ, ਤੁਸੀਂ ਬੋਝ ਹੋ, ਇਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਜੀ? ਟਹਿਣਾ ਜੀ, ਨਸੀਰੂਦੀਨ ਸ਼ਾਹ ਨੇ ਜੋ ਬਿਆਨ ਦਿੱਤਾ ਮੈਂ ਸਮਝਦਾ ਉਹਨਾਂ ਨੇ ਕਰੋੜਾਂ ਜਿਹੜੇ ਖਮੋਸ਼ ਲੋਕ ਆ ਜਿਹੜੇ ਦੇਸ਼ ਨਾਲ ਪਿਆਰ ਕਰਦੇ ਆ, ਜਿਹੜੇ ਦੇਸ਼ ਦੇ ਅੰਦਰ ਜਮਹੂਰੀਅਤ ਨੂੰ ਜ਼ਿੰਦਾ ਦੇਖਣਾ ਚਾਹੁੰਦੇ ਆ, ਜਿਹੜੇ ਘੱਟ ਗਿਣਤੀਆਂ ਦੀ ਸੁਰੱਖਿਆ ਚਾਹੁੰਦੇ ਆ, ਉਹਨਾਂ ਸਾਰਿਆਂ ਲੋਕਾਂ ਨੂੰ ਉਹਨਾਂ ਨੇ ਜ਼ਬਾਨ ਦਿੱਤੀ ਹੈ। ਇੱਕ ਪੱਤਰਕਾਰ ਵਜੋਂ ਮੈਂ ਉਹਨਾਂ ਦੇ ਵਿਚਾਰਾਂ ਦਾ ਸਮਰਥਨ ਕਰਦਾ। ਦੇਸ਼ ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਆ ਧਾਰਮਿਕ ਅਸਹਿਣਸ਼ੀਲਤਾ ਵਧੀ ਆ। ਇਸ ਸਰਕਾਰ ਬਣਨ ਦਾ ਫਾਇਦਾ ਲੈ ਕੇ ਜਿਹੜੇ ਭਾਜਪਾ ਨਾਲ ਅਤੇ ਸੰਘ ਨਾਲ ਸੰਬੰਧਿਤ ਹਿੰਦੂ ਤਵੀ ਸੰਗਠਨ ਹੈ ਉਹ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਿਹਾ, ਘੱਟ ਗਿਣਤੀਆਂ 'ਤੇ ਹਮਲੇ ਕਰ ਰਿਹਾ, ਧਰਮ ਨਿਰਪੱਖ ਬੁੱਧੀਜੀਵੀਆਂ ਦੇ ਕਤਲ ਕੀਤੇ ਜਾ ਰਹੇ ਆ। ਦੇਸ਼ ਦੇ ਅੰਦਰ ਸੱਚਮੁੱਚ ਹੀ ਘੱਟ ਗਿਣਤੀਆਂ 'ਚ ਜਾਂ ਜਿਹੜੀ ਭਾਜਪਾ ਤੋਂ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਲੋਕ ਆ ਉਹਨਾਂ 'ਚ ਅਸੁਰੱਖਿਆ ਤਾਂ ਪਾਈ ਜਾ ਰਹੀ ਹੈ। ਇਸ ਗੱਲ ਨੂੰ ਲੈ ਕੇ ਹੀ ਨਸੀਰੂਦੀਨ ਸ਼ਾਹ ਨੇ ਬਿਆਨ ਦਿੱਤਾ। ਇਹ ਜਿਸ ਤਰ੍ਹਾਂ ਉਹਨਾਂ ਦੇ ਬਿਆਨ ਉੱਪਰ ਜਿਹੜੀ ਆ ਭਾਜਪਾ ਨਾਲ ਸੰਬੰਧਿਤ ਲੋਕ ਆ, ਸੰਘ ਨਾਲ ਸੰਬੰਧਿਤ ਲੋਕ ਆ ਜਾਂ ਹੋਰ ਅਖੌਤੀ ਹਿੰਦੂ ਤਵੀ ਸੰਗਠਨ ਆ, ਜਿਸ ਤਰ੍ਹਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਆਲੋਚਨਾ ਕੀਤੀ ਆ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ, ਉਹ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਆ ਕਿ ਦੇਸ਼ ਦੇ ਅੰਦਰ ਵਿਚਾਰਾਂ ਦੀ ਆਜ਼ਾਦੀ ਜਿਹੜੀ ਆ ਉਹ ਖਤਰੇ ਵਿੱਚ ਪਈ ਹੋਈ ਆ। ਦੇਸ਼ ਵਿੱਚ ਜਮਹੂਰੀ ਅਧਿਕਾਰ ਖਤਰੇ ਵਿੱਚ ਪਏ ਹੋਇਆ। ਜੋ ਨਸੀਰੂਦੀਨ ਸ਼ਾਹ ਹੋਰੀ ਕਹਿ ਰਹੇ ਆ ਉਹ ਗੱਲਾਂ ਦੇਸ਼ ਦੇ ਵਿੱਚ ਚੱਲ ਰਹੀਆਂ। ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ ਦਾ ਜ਼ਹਿਰ ਆ ਜਿਹੜਾ ਉਹ ਫੈਲ ਰਿਹਾ, ਨਫ਼ਰਤ ਦਾ ਜ਼ਹਿਰ ਫੈਲ ਰਿਹਾ। ਜੇਕਰ ਦੇਸ਼ ਨੂੰ ਬਚਾਉਣਾ ਤਾਂ ਦੇਸ਼ ਦੇ ਜਿਹੜੇ ਸੁਚੇਤ ਨਾਗਰਿਕ ਆ ਉਹ ਰਾਜਨੀਤਿਕ ਪਾਰਟੀਆਂ ਜਿਹੜੀ ਇਸ ਤਰ੍ਹਾਂ ਦੀ ਵਿਚਾਰਧਾਰਾ ਦੀਆਂ ਵਿਰੋਧੀ ਆ ਉਹਨਾਂ ਨੂੰ ਇਕੱਠਿਆਂ ਹੋ ਕੇ ਇਹ ਜਿਹੜਾ ਜਮਹੂਰੀਅਤ ਲਈ ਖਤਰਾ ਪੈਦਾ ਹੋਇਆ ਇਹਦਾ ਸਾਨੂੰ ਸਾਹਮਣਾ ਕਰਨਾ ਪਏਗਾ। ਜੀ ਅਤੇ ਮਾਣਕ ਸਾਹਿਬ, ਪੰਜਾਬ ਦੇ ਵਿੱਚ ਵਿਧਾਇਕਾਂ ਦੀਆਂ ਤਨਖਾਹਾਂ ਦੇ ਵਿੱਚ 2.5 ਗੁਣਾ ਵਾਧੇ ਦਾ ਰੌਲਾ ਪਿਛਲੇ ਰਣੀ ਕਾਫੀ ਛਿੜਿਆ। ਸਬ ਕਮੇਟੀ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਗਈ ਵੀ ਖਰਚੇ ਪੱਠੇ ਵਾਹਵਾ ਹੋ ਜਾਂਦੇ ਆ, ਮਹਿੰਗਾਈ ਬਹੁਤ ਹੈ, ਇਸ ਕਰਕੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਈਆਂ ਜਾਣ। ਨਾਲ ਦੀ ਨਾਲ ਇਸ ਸਿਫਾਰਿਸ਼ ਦੇ ਖਿਲਾਫ ਮੁਲਾਜ਼ਮ ਵਰਗ ਮੈਦਾਨ ਦੇ ਵਿੱਚ ਨਿਤਰੇ। ਹੁਣ ਖਬਰ ਆਈ ਹੈ ਵਿੱਤ ਮੰਤਰੀ ਦੇ ਹਵਾਲੇ ਨਾਲ ਵੀ ਪਹਿਲਾਂ ਏਰੀਅਰ ਜਾਰੀ ਕੀਤੇ ਜਾਣਗੇ ਮੁਲਾਜ਼ਮਾਂ ਦੇ ਅਤੇ ਫਿਰ ਵਿਧਾਇਕਾਂ ਦੀਆਂ ਤਨਖਾਹਾਂ 'ਚ ਵਾਧਾ ਹੋਊਗਾ। ਤੁਹਾਡੇ ਖਿਆਲ ਦੇ ਵਿੱਚ ਭਾਵੇਂ ਦੇਰ ਸਵੇਰ ਵਾਧਾ ਹੋਵੇ ਵੀ ਕੀ ਇਹ ਵਾਜਬ ਹੈ ਕਿ ਨਹੀਂ? ਟਹਿਣਾ ਜੀ, ਜਿੰਨੀ ਵੱਡੀ ਪੱਧਰ 'ਤੇ ਜਿਹੜੇ ਵਿਧਾਇਕਾਂ ਦੀਆਂ ਤਨਖਾਹਾਂ ਵਿਧਾਇਕਾਂ ਦੇ ਭੱਤਿਆਂ ਵਿੱਚ ਵਾਧਾ ਕਰਨ ਦੀ ਸਿਫਾਰਿਸ਼ ਕਮੇਟੀ ਨੇ ਕੀਤੀ ਸੀਗੀ ਉਹ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਸੀਗੀ। ਇਹਦੀ ਆਲੋਚਨਾ ਹੋਈ ਆ, ਇਹਨੂੰ ਮੁੱਖ ਰੱਖ ਕੇ ਜਿਹੜਾ ਹਾਲ ਦੀ ਘੜੀ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ 'ਚ ਵਾਧਾ ਰੁਕ ਗਿਆ ਇਹ ਚੰਗੀ ਗੱਲ ਹੈ। ਲੋੜ ਇਸ ਗੱਲ ਦੀ ਆ ਕਿ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਜਾਂ ਜਿਨ੍ਹਾਂ ਨੂੰ ਮਹਿੰਗਾਈ ਭੱਤਾ ਨਹੀਂ ਮਿਲਦਾ ਜਾਂ ਜਿਨ੍ਹਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ, ਪਹਿਲਾਂ ਉਹਨਾਂ ਦੀ ਪੂਰਤੀ ਹੋਣੀ ਚਾਹੀਦੀ ਆ, ਫਿਰ ਕਿਤੇ ਜਾ ਕੇ ਇਹ ਦੇਖਿਆ ਜਾਣਾ ਚਾਹੀਦਾ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਕੀ ਵਿਧਾਇਕ
ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦੀ ਲੋੜ ਵੀ ਹੈਗੀ ਆ ਜਾਂ ਨਹੀਂ ਹੈਗੀ। ਸੋ ਬਿਲਕੁਲ ਜੋ ਕੁਛ ਹੋਇਆ ਠੀਕ ਹੋਇਆ, ਲੋਕਾਂ ਦੇ ਵਿਰੋਧ ਨੂੰ ਮੁੱਖ ਰੱਖ ਕੇ ਹਾਲ ਦੀ ਘੜੀ ਜਿਹੜੀ ਹੈ ਵਿਧਾਇਕਾਂ ਨੂੰ ਜਾਂ ਇਸ ਸਰਕਾਰ ਨੂੰ ਵਿਧਾਇਕਾਂ ਦੇ ਭੱਤੇ ਅਤੇ ਤਨਖਾਹਾਂ ਵਧਾਉਣ ਦਾ ਅਮਲ ਰੋਕਣਾ ਪਿਆ। ਲੋਕਾਂ ਨੂੰ ਇਸੇ ਤਰ੍ਹਾਂ ਜਾਗਰੂਕ ਰਹਿਣਾ ਚਾਹੀਦਾ, ਇਹ ਗੈਰ ਜ਼ਰੂਰੀ ਜਿਹੜੇ ਲਾਭ ਆ ਉਹ ਸੱਤਾਧਾਰੀਆਂ ਨੂੰ ਨਹੀਂ ਮਿਲਣੇ ਚਾਹੀਦੇ, ਬਲਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਤਨਖਾਹਾਂ ਮਿਲਣੀਆਂ ਚਾਹੀਦੀਆਂ, ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣੇ ਚਾਹੀਦੇ ਆ। ਉਹਨਾਂ ਦੇ ਜਿਹੜੇ ਇਸ ਵੇਲੇ ਬਜ਼ੁਰਗ ਲੋਕ ਆ ਜਾਂ ਹੋਰ ਮੁਲਾਜ਼ਮ ਜਿਹੜੇ ਰਿਟਾਇਰ ਹੋਏ ਵਾ ਪੈਨਸ਼ਨਰ ਆ, ਉਹਨਾਂ ਨੂੰ ਮਹਿੰਗਾਈ ਭੱਤੇ ਦੀਆਂ ਕਿੰਨੀਆਂ ਹੀ ਕਿਸ਼ਤਾਂ ਨਹੀਂ ਮਿਲੀਆਂ, ਉਹ ਮਿਲਣੀਆਂ ਚਾਹੀਦੀਆਂ। ਆਮ ਲੋਕਾਂ ਨੂੰ ਪਹਿਲਾਂ ਤਰਜੀਹ ਮਿਲਣੀ ਚਾਹੀਦੀ ਹੈ ਜੀ। ਅਤੇ ਮਾਣਕ ਸਾਹਿਬ, ਟਿੰਡ ਦੇ ਵਿੱਚ ਕਾਨਾ ਪਿਆ ਹੋਇਆ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਤਾਕਤਵਰ ਬਹੁਤ ਹਾਂ, ਖਹਿਰਾ ਗਰੁੱਪ ਕਹਿੰਦਾ ਅਸੀਂ ਤਾਕਤਵਰ ਬਹੁਤ ਹਾਂ, ਉਹ ਕਹਿੰਦੇ ਅਸੀਂ ਤੁਹਾਡੇ ਬੰਦੇ ਪੱਟ ਲੈਣੀ ਆ, ਉਹ ਕਹਿੰਦੇ ਅਸੀਂ ਤੁਹਾਡੇ ਬੰਦੇ ਪੱਟ ਲੈਣੀ ਆ, ਕੀ ਭਵਿੱਖ ਮੰਨਦੇ ਹੋ ਆਮ ਆਦਮੀ ਪਾਰਟੀ ਦਾ ਅਤੇ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ? ਰਹਿਣਾ ਜੀ, ਆਪਾਂ ਇੱਥੇ ਵਿਚਾਰ ਕਰਦੇ ਰਹੇ ਹਾਂ ਕਿ ਕਿਸੇ ਵੇਲੇ ਪੰਜਾਬ 'ਚ ਆਮ ਆਦਮੀ ਪਾਰਟੀ ਜਿਹੜੀਆਂ ਸਥਾਪਿਤ ਰਵਾਇਤੀ ਰਾਜਨੀਤਿਕ ਪਾਰਟੀਆਂ ਉਹ ਉਹਨਾਂ ਦੇ ਬਦਲ ਵਜੋਂ ਉੱਭਰੀ ਸੀ। ਵੱਡੀ ਗਿਣਤੀ 'ਚ ਨੌਜਵਾਨਾਂ ਨੇ, ਵੱਡੀ ਗਿਣਤੀ 'ਚ ਪੰਜਾਬੀ ਪ੍ਰਵਾਸੀਆਂ ਨੇ ਇਹਨੂੰ ਹਰ ਤਰ੍ਹਾਂ ਪਾਰਟੀ ਨੂੰ ਮਦਦ ਦਿੱਤੀ। ਇਹਦਾ ਹੀ ਸਿੱਟਾ ਸੀ ਕਿ ਲੋਕ ਸਭਾ ਦੀਆਂ ਚੋਣਾਂ 'ਚ 2014 'ਚ ਇਹਨਾਂ ਦੇ 4 ਸੰਸਦ ਮੈਂਬਰ ਜਿੱਤ ਗਏ ਅਤੇ ਉਹ ਤੋਂ ਬਾਅਦ ਵੀ ਇਸ ਪਾਰਟੀ ਤੋਂ ਆਸ ਸੀ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਵੀ ਚੰਗਾ ਕਰੇਗੀ, ਪਰ ਇਸ ਪਾਰਟੀ ਦੀ ਆਪਸੀ ਫੁੱਟ ਨੇ ਇਸ ਪਾਰਟੀ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਹੁਣ ਤਾਂ ਜਿਸ ਤਰ੍ਹਾਂ ਤੁਸੀਂ ਖਬਰਾਂ ਦਾ ਜ਼ਿਕਰ ਕੀਤਾ, ਦੋਨੇ ਧੜੇ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਦੂਜੇ ਨੂੰ ਠਿੱਬੀ ਲਾਉਣ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਕਰ ਰਹੇ ਆ। ਲੋਕਾਂ ਦੀ ਦਿਲਚਸਪੀ ਜਿਹੜੀ ਆ ਆਮ ਆਦਮੀ ਪਾਰਟੀ ਪ੍ਰਤੀ ਦਿਨੋਂ ਦਿਨ ਘੱਟ ਰਹੀ ਆ। ਆਪਾਂ ਉਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਦੇਖਿਆ ਕਿ ਇਹਨਾਂ ਨੂੰ ਜਿੰਨੀਆਂ ਆਸਾਂ ਸੀਗੀਆਂ ਉਹ ਪੂਰੀਆਂ ਨਹੀਂ ਹੋਈਆਂ, ਬਹੁਤ ਘੱਟ ਸੀਟਾਂ ਮਿਲੀਆਂ। ਉਹ ਤੋਂ ਬਾਅਦ ਪੰਜਾਬ 'ਚ ਜਿੰਨੀਆਂ ਵੀ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਪਿਆ ਨਹੀਂ, ਅਤੇ ਜੇ ਇਹੀ ਸਿਲਸਿਲਾ ਰਿਹਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਪੰਜਾਬ 'ਚ ਇਸ ਪਾਰਟੀ ਦੇ ਪੱਲੇ ਕੁਝ ਪੈਣਾ ਨਹੀਂ, ਅਤੇ ਹੌਲੀ ਹੌਲੀ ਇਹ ਪਾਰਟੀ ਜਿਹੜੀ ਆ ਆਪਣੀ ਹੋਂਦ ਗੁਆ ਬੈਠੇਗੀ ਅਤੇ ਰਵਾਇਤੀ ਜਿਹੜੀਆਂ ਪਾਰਟੀਆਂ ਮੁੜ ਕੇ ਫਿਰ ਜਿਹੜਾ ਉਹ ਸਿਆਸਤ 'ਚ ਭਾਰੂ ਹੋ ਜਾਣਗੀਆਂ। ਜਿਹੜੀ ਮਾੜੀ ਮੋਟੀ ਥਾਂ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲੀ ਸੀ ਉਹ ਥਾਂ ਵੀ ਉਹ ਜਿਹੜੀਆਂ ਰਵਾਇਤੀ ਪਾਰਟੀਆਂ ਹੀ ਜਿਹੜੀਆਂ ਮੁੜ ਕੇ ਹਾਸਲ ਕਰ ਲੈਣਗੀਆਂ ਜੀ। ਮਾਣ ਸਾਹਿਬ, ਗੁਆਂਢੀ ਦੇਸ਼ ਪਾਕਿਸਤਾਨ ਤੋਂ ਖਬਰ ਆਈ ਹੈ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰਾਂ ਨੂੰ 7 ਹੋਰ ਵਰ੍ਹਿਆਂ ਦੀ ਸਜ਼ਾ ਇੱਕ ਮਾਮਲੇ ਦੇ ਵਿੱਚ ਸੁਣਾਈ ਗਈ ਹੈ, ਕੀ ਕਹਿਣਾ ਚਾਹੋਗੇ? ਟਹਿਣਾ ਜੀ, ਇੱਕ ਪੱਤਰਕਾਰ ਵਜੋਂ ਮੈਂ ਮਹਿਸੂਸ ਕਰਦਾ ਕਿ ਨਵਾਜ਼ ਸ਼ਰੀਫ ਲਈ ਜਿਹੜੇ ਔਖੇ ਦਿਨ ਇਸ ਵੇਲੇ ਚੱਲ ਰਹੇ ਆ। ਪਹਿਲਾਂ ਇੱਕ ਕੇਸ ਵਿੱਚ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਗਈ ਸੀ, ਏਵਨ ਫੀਲਡ ਜਿਹੜਾ ਉਹਨਾਂ ਨੇ ਕੁਝ ਕੁਆਟਰ ਵਗੈਰਾ ਉੱਥੇ ਲਏ ਹੋਏ ਸੀ ਲੰਡਨ ਵਿੱਚ, ਉਸ ਮਾਮਲੇ 'ਚ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਗਈ ਸੀ। ਉਹ ਤੋਂ ਬਾਅਦ ਹੁਣ ਇਹ ਦੂਜੇ ਕੇਸ ਅਲ ਅਜ਼ੀਜ਼ੀਆ ਕੇਸ, ਜਿਹੜਾ ਇੱਕ ਮਿੱਲ ਦਾ ਕੇਸ ਸੀਗਾ ਸਾਊਦੀ ਅਰਬ 'ਚ, ਉਹਨਾਂ ਨੇ ਇੱਕ ਮਿੱਲ ਲਈ ਹੋਈ ਸੀ, ਉਹਦੇ 'ਤੇ ਦੋਸ਼ ਲੱਗਿਆ ਕਿ ਉਹ ਕਾਲੇ ਧਨ ਨਾਲ ਉਹਨਾਂ ਨੇ ਮਿੱਲ ਹਾਸਿਲ ਕੀਤੀ ਸੀਗੀ। ਸੋ ਇਸ ਕੇਸ 'ਚ ਵੀ ਉਹਨਾਂ ਨੂੰ 7 ਸਾਲ ਦੀ ਕੈਦ ਹੋ ਗਈ ਹੈ। ਇੱਕ ਹੋਰ ਕੇਸ 'ਚ ਜਿਹੜਾ ਹਾਲਾਂਕਿ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ 'ਚ ਉਹ ਬਰੀ ਹੋ ਗਿਆ, ਪਰ ਫਿਰ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ। ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਸਰਕਾਰੀ ਅਹੁਦਾ ਸੰਭਾਲਣ 'ਤੇ ਉਹਨਾਂ ਉੱਪਰ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ, ਅਤੇ ਉਹਨਾਂ ਦੇ ਭਾਈ ਸ਼ਾਹਬਾਜ਼ ਸ਼ਰੀਫ 'ਤੇ ਵੀ ਭ੍ਰਿਸ਼ਟਾਚਾਰ ਦੇ ਕਈ ਕੇਸ ਚੱਲ ਰਿਹਾ ਹੈ। ਜਦੋਂ ਕਿਸੇ ਪਾਰਟੀ ਦੀ ਸਿਖਰ ਦੀ ਲੀਡਰਸ਼ਿਪ 'ਤੇ ਇਸ ਤਰ੍ਹਾਂ ਦੇ ਕੇਸ ਚੱਲਣ ਤਾਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦਾ ਭਵਿੱਖ ਵੀ ਇਸ ਵੇਲੇ ਡਾਵਾਂਡੋਲ ਹੋ ਚੁੱਕਾ, ਅਤੇ ਇਸ ਪਾਰਟੀ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਆ ਉਹਦਾ ਭਵਿੱਖ ਵੀ ਜਿਹੜਾ ਡਾਵਾਂਡੋਲ ਹੋ ਚੁੱਕਾ। ਇਹਦੇ ਨਾਲ ਹੀ ਜਿਹੜੀ ਪਾਕਿਸਤਾਨ ਦੀ ਇੱਕ ਹੋਰ ਦੂਜੀ ਵੱਡੀ ਵਿਰੋਧੀ ਪਾਰਟੀ ਆ ਪੀਪਲਸ ਪਾਰਟੀ, ਜਿਹਦੇ ਵਿੱਚ ਜ਼ਿਆਦਾ ਜਿਹੜੇ ਧਾਰਮਿਕ ਸਹਿਣਸ਼ੀਲਤਾ ਵਾਲੇ ਲੋਕ, ਧਰਮ ਨਿਰਪੱਖ ਲੋਕ ਸ਼ਾਮਲ ਸੀਗੇ, ਜਿਹਦੇ 'ਚ ਉਹ ਜਿਹਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਵੀ ਸਮਝਿਆ ਜਾਂਦਾ ਸੀ, ਪ੍ਰਗਤੀਸ਼ੀਲ ਪਾਰਟੀ ਸਮਝਿਆ ਜਾਂਦਾ ਸੀ, ਉਹਦੇ ਜਿਹੜੇ ਇੱਕ ਉੱਘੇ ਆਗੂ ਜ਼ਰਦਾਰੀ ਆ ਜਿਹੜੇ ਸਾਬਕ ਰਾਸ਼ਟਰਪਤੀ ਵੀ ਰਹੇ ਆ, ਉਹਨਾਂ ਉੱਪਰ ਵੀ ਜਿਹੜਾ ਬੈਂਕਾਂ ਰਾਹੀਂ ਕਈ ਤਰ੍ਹਾਂ ਦਾ ਗਲਤ ਲੈਣ ਦੇਣ ਕਰਨ ਦੇ ਕਰੋੜਾਂ ਅਰਬਾਂ ਰੁਪਈਏ ਦੇ ਦੋਸ਼ ਲੱਗੇ ਆ ਕਿ ਉਹਨਾਂ ਨੇ ਆਪਣਾ ਕਾਲਾ ਧਨ ਸਫੈਦ ਕਰਨ ਲਈ ਬੈਂਕਾਂ ਦੇ ਵਿੱਚ ਜਾਅਲੀ ਖਾਤੇ ਖੋਲ੍ਹ ਕੇ ਉਹਨਾਂ ਦੇ ਰਾਹੀਂ ਪੈਸਿਆਂ ਦਾ ਲੈਣ ਦੇਣ ਕੀਤਾ। ਉਸ ਮਾਮਲੇ 'ਚ ਉਹ ਵੀ ਫਸੇ ਹੋਏ ਆ, ਅਤੇ ਇਹ ਸਮੁੱਚੇ ਤੌਰ 'ਤੇ ਜੋ ਪਾਕਿਸਤਾਨ ਦੀ ਰਾਜਨੀਤਿਕ ਸਥਿਤੀ ਬਣਦੀ ਆ ਉਹਦੇ ਵਿੱਚ ਇਮਰਾਨ ਖਾਨ ਅਤੇ ਉਹਨਾਂ ਦੀ ਪਾਰਟੀ ਜਿਹੜੀ PTI ਆ ਉਹਦੇ ਲਈ ਚੰਗੇ ਜਿਹੜੇ ਮੌਕੇ ਚੰਗੇ ਅਵਸਰ ਬਣ ਰਹੇ ਆ। ਉਹਨਾਂ ਦੀ ਸਰਕਾਰ ਜਿਹੜੀ ਆ ਜ਼ਿਆਦਾ ਸਥਿਰ ਹੋ ਸਕਦੀ ਹੈ, ਜੋ ਕੁਝ ਉਹ ਕਰਨਾ ਚਾਹੁੰਦੇ ਆ ਚੰਗਾ ਮਾੜਾ ਉਹ ਕਰ ਸਕਦੇ ਆ। ਰਵਾਇਤੀ ਉਹਨਾਂ ਦੀਆਂ ਵਿਰੋਧੀ ਪਾਰਟੀਆਂ, ਚਾਹੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਆ ਚਾਹੇ ਪੀਪਲਸ ਪਾਰਟੀ ਆ, ਉਹਨਾਂ ਦੀ ਹਾਲਤ ਦਿਨੋਂ ਦਿਨ ਜਿਹੜੀ ਆ ਉਹ ਪਤਲੀ ਹੁੰਦੀ ਜਾ ਰਹੀ ਜੀ। ਅਤੇ ਮਾਣਕ ਸਾਹਿਬ, ਜਾਣੇ ਜਾਂਦੇ ਜੇਕਰ ਚਲੋ ਇਹ ਤਾਂ ਕੁਦਰਤ ਦੇ ਨਾਲ ਜੁੜੀ ਹੋਈ ਗੱਲ ਹੈ,
ਤਾਂਬਾ ਬਹੁਤ ਛਿੜਿਆ। ਹਰਿਆਣੇ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਹੋਰ ਵੱਖ ਵੱਖ ਸੂਬਿਆਂ ਦੀ ਗੱਲ ਕਰ ਲਈਏ, ਠੰਡ ਕਰਕੇ ਲਗਾਤਾਰ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਅਤੇ ਪਿਛਲੇ ਕਈ ਵਾਰਾਂ ਦਾ ਰਿਕਾਰਡ ਟੁੱਟ ਰਿਹਾ। ਕੀ ਕਹੋਗੇ ਜਾਂਦੇ ਜਾਂਦੇ? ਵੈਸੇ ਤਾਂ ਆਪਾਂ ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਕੁਦਰਤ ਦੇ ਉੱਤੇ ਕੋਈ ਜ਼ੋਰ ਨਹੀਂ, ਫਿਰ ਵੀ ਕੀ ਵਿਚਾਰ ਪ੍ਰਗਟਾਵਾ? ਕਹਿਣਾ ਜੀ, ਮੈਂ ਸਮਝਦਾ ਕਿ ਜਿਹੜੇ ਸਾਲ ਦੇ ਵਿੱਚ ਜਦੋਂ ਇਹ ਦਿਨ ਆਉਂਦੇ ਆ, ਕੁਦਰਤੀ ਤੌਰ 'ਤੇ ਠੰਡ ਵੱਧਦੀ ਹੈ, ਇਹ ਠੰਡ ਨਾ ਵਧੇ ਅਤੇ ਤਾਂ ਵੀ ਉਹਦੇ ਮਾੜੇ ਪ੍ਰਭਾਵ ਪੈਂਦੇ ਆ, ਵਾਤਾਵਰਨ ਦਾ ਸੰਤੁਲਨ ਨਹੀਂ ਠੀਕ ਰਹਿੰਦਾ, ਜ਼ਿਆਦਾ ਠੰਡ ਪਵੇ, ਪਹਾੜੀ ਖੇਤਰ 'ਚ ਬਰਫ਼ ਪਵੇ, ਗਲੇਸ਼ੀਅਰ ਬਣਨ ਵਧਣ ਫੁੱਲਣ, ਅਤੇ ਉਹਦੇ ਨਾਲ ਸਾਰਾ ਸਾਲ ਦਰਿਆਵਾਂ ਨੂੰ ਪਾਣੀ ਵੀ ਮਿਲਦਾ। ਇਸ ਤੋਂ ਇਲਾਵਾ ਜਿਹੜੀ ਖੇਤੀ ਵੀ ਹਿਮਾਚਲ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਹੋਰ ਪਹਾੜੀ ਰਾਜ ਹੈ, ਉਹ ਉੱਥੇ ਖੇਤੀ ਵੀ ਤਾਂ ਹੀ ਵਧੀਆ ਹੁੰਦੀ ਹੈ ਜੇ ਵੱਡੀ ਪੱਧਰ 'ਤੇ ਉੱਥੇ ਬਰਫ਼ ਪਵੇ, ਅਤੇ ਜੇ ਬਰਫ਼ ਪਏਗੀ ਤਾਂ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਹੋਏਗੀ। ਇਹਦੇ ਇਸ ਕੁਦਰਤੀ ਜਿਹੜੀ ਮੌਸਮ ਆ, ਇਹਦੇ ਮੁਤਾਬਕ ਆਪਣੇ ਆਪ ਨੂੰ ਸਾਨੂੰ ਢਾਲਣਾ ਚਾਹੀਦਾ, ਜਿੰਨਾ ਵੀ ਅਸੀਂ ਠੰਡ ਤੋਂ ਬਚਾਅ ਕਰ ਸਕਦੇ ਹਾਂ ਉਹ ਬਚਾਅ ਕਰਨਾ ਚਾਹੀਦਾ। ਬਾਕੀ ਮੌਸਮ ਆ, ਮੌਸਮ ਦੇ ਇਹ ਠੰਡ ਦੇ ਦਿਨ ਆ, ਇਹਨਾਂ ਦੇ ਖਿਲਾਫ਼ ਕੋਈ ਨਿੰਦਾ ਮਤਾ ਤਾਂ ਅਸੀਂ ਪਾਸ ਨਹੀਂ ਕਰ ਸਕਦੇ, ਇਹਨਾਂ ਦਾ ਜਿੱਥੋਂ ਤੱਕ ਹੋ ਸਕੇ ਇਹ ਠੰਡ ਤੋਂ ਜ਼ਿਆਦਾ ਤੋਂ ਬਚਣਾ ਵੀ ਚਾਹੀਦਾ ਅਤੇ ਠੰਡ ਦਾ ਆਨੰਦ ਵੀ ਮਾਨਣਾ ਚਾਹੀਦਾ। ਬਿਲਕੁਲ ਮਾਨਕ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਖਬਰਾਂ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਤੁਸੀਂ ਹਰ ਹਫ਼ਤੇ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਆਏ, ਕੀਮਤੀ ਟਿੱਪਣੀਆਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ, ਧੰਨਵਾਦ।